ਮੈਂ ਤੁਹਾਡਾ ਆਪਣੇ ਆਸਕੇ ਸਕਸੈਨਾ ਤੇ ਤੁਸੀਂ ਜੋ ਆਜ ਤੇ ਕੰਮ ਦੇ ਸਾਹਮਣੇ ਇਸ ਵਕਤ ਅਸੀਂ ਗੁਰਦਾਸਪੁਰ ਵਿਖੇ ਗੌਰਮੈਂਟ ਸਕੂਲ ਮੱਛੀ ਚੌਂਕ ਸਬਜ਼ੀ ਮੰਡੀ ਵਿਖੇ ਖੜੇ ਹਾਂ ਆਓ ਅਸੀਂ ਇਸ ਕੇ ਜਾਣਕਾਰੀ ਲੈਣੇ ਕਿ ਅੱਥੋਂ ਦੇ ਨਾਕੇ ਦੇ ਕੀ ਹਾਲਾਤ ਹੈ ਤੇ ਅੱਥੋਂ ਦੇ ਪ੍ਰਸ਼ਾਸਨ ਦਾ ਕੀ ਕਹਿਣਾ ਹੈ ਆਹੀ ਥੋੜਾ ਬਹੁਤਾ ਕੰਮ ਕਰ ਰਹੀ ਹਾਂ ਬਾਕੀ ਇਹੀ ਕਹੀ ਦਾ ਉਹਨਾਂ ਨੂੰ ਵੀ ਆਪਣੇ ਆਪਣੇ ਘਰ ਬਿਠੋ ਜਾ ਕੇ ਠੀਕ ਹੈ ਜਿੰਨਾ ਤੁਸੀਂ ਬਾਹਰ ਨਾ ਨਿਕਲੋਗੇ ਉਨੀ ਛੱਡੀ ਮਤਲਬ ਮੌਸਮ ਦਾ ਮਿਜਾਜ ਬਦਲੇਗਾ ਕੋਈ ਚੈਕਿੰਗ ਦਰਾ ਕੀਤੀ ਜਾਂਦੀ ਹੈ ਤੁਸੀਂ ਪਬਲਿਕ ਦੀ ਬਿਲਕੁਲ ਕਰੀ ਜੀ ਹਾਂਜੀ ਤੁਹਾਡੇ ਵੱਲੋਂ ਹੋਰ ਆਮ ਜਨਤਾ ਨੂੰ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਤੁਸੀਂ ਸਰ ਖਾਸ ਤੌਰ ਨਾਲ ਜੀ ਇਹੀ ਕਰਾਂ ਮੈਂ ਇਹੀ ਤੇ ਆਹੋ ਹੀ ਬਸੇ ਦੇਣਾ ਚਾਹੁੰਦੇ ਵੀ ਤੁਸੀਂ ਆਪਣੇ ਆਪਣੇ ਘਰ 'ਚ ਰਹਿਣ ਬਿਲਕੁਲ ਇਹ ਬਿਲਕੁਲ ਜੀ ਤੁਸੀਂ ਵੇਖ ਸਕਦੇ ਹੋ ਕਿ ਤੁਸੀਂ ਇਹ ਉਹ ਰੋਡ ਹੈ ਜਿੱਥੇ ਬਹੁਤ ਜਨਤਾ ਕਿਤੇ ਸਮੇਂ ਪੈਰ ਰੱਖਣ ਨੂੰ ਜਗਦੀ ਅਸੀਂ ਗੱਲ ਫਿਲਹਾਲ ਇਹ ਚੌਂਕ ਕਿਹੜਾ ਚੌਂਕ ਗਿਣਿਆ ਜਾਂਦਾ ਇਹ ਪੁਰਾਣੀ ਸਬਜ਼ੀ ਮੰਡੀ ਇਹ ਬਿਲਕੁਲ ਜੀ ਅਸੀਂ ਇਸ ਵਕਤ ਪੁਰਾਣੀ ਸਬਜ਼ੀ ਮੰਡੀ ਖੜੇ ਨੇ ਸਰਕਾਰ ਦੇ ਨਿਯਮਾਂ ਦੀ ਪਾਲਣਾ ਪ੍ਰੋਪਰ ਢੰਗ ਨਾਲ ਗੁਰਦਾਸਪੁਰ ਵਾਸੀ ਵੀ ਕਰ ਰਹੇ ਹਨ ਜੋ ਸਾਡੀ ਪ੍ਰਸ਼ਾਸਨ ਹੈ ਗੁਰਦਾਸਪੁਰ ਦੀ ਪ੍ਰਸ਼ਾਸਨ ਹੈ ਬੜੇ ਵਧੀਆ ਢੰਗ ਤੇ ਅੱਛੇ ਤਰੀਕੇ ਨਾਲ ਹਰ ਇਨਸਾਨ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੀ ਹੈ ਤੇ ਇਨਸਾਨ ਇਹਨਾਂ ਨਾਲ ਕੋਆਪਰੇਟ ਕਰਨ ਦੀ ਪੂਰੀ ਕੋਸ਼ਿਸ਼ ਕਰਦਾ ਹੈ ਕੈਮਰਾਮੈਨ ਦੇ ਨਾਲ ਐਸ ਕੇ ਸਕਸੈਨਾ ਅੱਜ ਤੱਕ ਆਪਣੇ ਸਾਹਮਣੇ ਗੁਰਦਾਸਪੁਰ